ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਹੋ ਸਕੇ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰ ਦਿਓ। ਅੱਜ ਗੱਲ ਕਰਦੇ ਹਾਂ 2 ਜੂਨ ਸ਼ਾਮ ਤੇ ਰਾਤ ਦੇ ਮੌਸਮ ਨੂੰ ਕਿਹੋ ਜਿਹਾ ਰਹੇਗਾ। ਜਿਵੇਂ ਕਿ ਆਪਾਂ ਸਵੇਰ ਵਾਲੀ ਵੀਡੀਓ 'ਚ ਦੱਸਿਆ ਸੀਗਾ ਕਿ ਮੀਂਹ ਦਾ ਦੌਰ ਤਕਰੀਬਨ ਖਤਮ ਹੋ ਚੁੱਕਾ ਹੈ। ਉਸੇ ਤਰ੍ਹਾਂ ਹੀ ਅੱਜ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤੋਂ ਪਨਕਲੀ ਰਹੀ ਸੀ ਕਿ ਹਾਂ ਪਰ ਕੁਝ ਕੁ ਹਲਕੀ ਬੱਦਲਬਾਏ ਕੁਝ ਖੇਤਰਾ ਵਿੱਚ ਜ਼ਰੂਰ ਬਣਦੀ ਰਹੀ ਪਰ ਜਿਸ ਸਦਕਾ ਮੀਂਹ ਕਿਤੇ ਵੀ ਨਹੀਂ ਪਿਆ ਜੇਕਰ ਸ਼ਾਮ ਤੇ ਰਾਤ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਹਲਕੇ ਜਾਂ ਇਧਰ ਆਪਣੇ ਮੋਗੇ ਵਾਲੀ ਸਾਈਡ ਤੇ ਥੋੜੇ ਜਿਹੇ ਖੇਤਰਾ ਵਿੱਚ ਬੱਦਲਬਾਏ ਬਣ ਸਕਦੀ ਹੈ ਤੇ ਹਲਕੀ ਤੋਂ ਲੈ ਹਲਕੀਆਂ ਕਣਮਣ ਹੀ ਹੋ ਸਕਦੀ ਹੈ ਵੱਡੇ ਪੱਧਰ ਤੇ ਮੀਂਹ ਨਹੀਂ ਪਵੇਗਾ ਬਾਕੀ ਤਕਰੀਬਨ ਸਾਰੇ ਹੀ ਪੰਜਾਬ ਵਿੱਚ ਮੌਸਮ ਸਾਫ ਰਵੇਗਾ ਥੋੜੇ ਬਹੁਤੇ ਖੇਤਰਾ ਵਿੱਚ ਬੱਦਲਵਾਈ ਜਰੂਰ ਬਣੇਗੀ ਪਰ ਮੀਂਹ ਪੈਣ ਦੀ ਉਸ ਦੀ ਕੋਈ ਵੀ ਸੰਭਾਵਨਾ ਨਹੀਂ ਹੈ ਆਉਣ ਵਾਲੇ ਯਾਨੀ ਕਿ 3 4 5 ਤੇ 6 ਤਰੀਕ ਤੱਕ ਮੌਸਮ ਸਾਫ ਬਣਿਆ ਰਹੇਗਾ ਤੇ ਹਾਂ ਟੈਂਪਰੇਚਰ 40 ਡਿਗਰੀ ਤੱਕ ਪਹੁੰਚ ਜਾਵੇਗਾ ਪਰ ਲੂ ਵਰਗ ਕੋਈ ਵੀ ਸਥਿਤੀ ਨਹੀਂ ਹੈ ਅੱਜ ਰਾਤ ਦਾ ਮੌਸਮ ਹੀ ਤਕਰੀਬਨ ਸਾਰੇ ਹੀ ਪੰਜਾਬ ਵਿੱਚ ਸਾਫ ਰਹੇਗਾ ਥੋੜੇ ਜਿਹੇ ਖੇਤਰਾ ਵਿੱਚ ਬੱਦਲਵਾਈ ਬਣ ਸਕਦੀ ਹੈ ਤੇ ਵੱਡੇ ਮੀਂਹ ਕਿਤੇ ਵੀ ਨਹੀਂ ਪੈ ਸਕਦਾ